ਸੋ ਜੀ ਇਲਜ਼ਾਮੇ ਪ੍ਰਾਤਿਕਾ ਦੇ ਪਹਿਲੇ ਐਪੀਸੋਡ ਵਿੱਚ ਮੈਂ ਤੁਹਾਡੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਮੈਂ ਨਿਊਮਾਤੀ ਝੀਲ ਤੇ ਵੀ ਇੱਕ ਵੀਡੀਓ ਬਣਾਵਾਂਗਾ, ਮਤਲਬ ਗੱਡੀ ਦੇ ਟਾਇਰਾਂ ਉੱਤੇ ਇੱਕ ਵੀਡੀਓ ਬਣਾਵਾਂਗਾ ਤੇ ਉਹੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਮੈਂ ਹਾਜ਼ਰ ਹੋ ਚੁੱਕਿਆ ਤੁਹਾਡਾ ਆਪਣਾ ਵੀਰਿੰਦਰ ਸਿੰਘ ਤੁਹਾਡੇ ਆਪਣੇ PVK ਚੈਨਲ ਉੱਤੇ। ਜਿਹੜੇ ਪੈਨ ਪ੍ਰੈਸ ਵੀਡੀਓ ਨੂੰ ਪਹਿਲੀ ਵਾਰੀ ਵੇਖਦੇ ਪਏ ਉਹਨਾਂ ਅੱਗੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮੈਂ ਤੁਹਾਨੂੰ ਯਾਦ ਵੀ ਕਰਾਂਦਾ ਕਿ ਇਹ ਸੀਰੀਜ਼ ਚੱਲਦੀ ਪਈ ਜਿਹੜੀ ਆਪਾਂ ਪਤੇ ਇੱਥੇ ਵੀ ਕੰਪਲੀਟ ਕਰ ਚੁੱਕੇ ਹਾਂ ਥਿਉਰੀ ਦਾ, ਹੁਣ ਕਰਦੇ ਪਿਆ ਇਲਜ਼ਾਮੇ ਪ੍ਰਾਤਿਕਾ ਦੀ ਤਿਆਰੀ, ਮਤਲਬ ਕਿ ਗੁਈਦਿਆਂ ਦੀ ਤਿਆਰੀ ਆਪਾਂ ਕਰਨੇ ਪਿਆ ਵੀ ਕਿੱਦਾਂ ਗੁਈਦੇ ਕਰਨੇ ਤੇ ਕਿਹੜੇ ਕਿਹੜੇ ਸਵਾਲ ਆਪਣੇ ਕੋਲ ਪੁੱਛੇ ਜਾ ਸਕਦੇ ਨੇ, ਕੀ ਕੁਛ ਹੁੰਦਾ, ਸਾਰਾ ਕੁਝ ਆਪਾਂ ਇਸ ਆਪਣੀ ਸੀਰੀਜ਼ ਵਿੱਚ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਚਲੋ ਜੀ ਸ਼ੁਰੂ ਕਰਦੇ ਆਪਣੀ ਅੱਜ ਦੀ ਇਸ ਵੀਡੀਓ ਨੂੰ ਤੇ ਸ਼ੁਰੂ ਕਰਦੇ ਆਪਣੀ ਫ੍ਰੀ ਸੀਰੀਜ਼ ਪਤਾ ਹੀ ਤੇਈ ਪੰਜਾਬੀ। ਸੋ ਜੀ ਵੀਡੀਓ ਨੂੰ ਕਰ ਦਿਓ ਹੁਣੇ ਲਾਈਕ, ਕਿਉਂਕਿ ਇਸ ਵੀਡੀਓ ਵਿੱਚ ਆਪਾਂ ਬਹੁਤ ਸਾਰੀ ਜ਼ਰੂਰੀ ਗੱਲਾਂ ਜਿਹੜੀ ਟਾਇਰਾਂ ਨਾਲ ਰਿਲੇਟਡ ਹੁੰਦੀਆਂ ਨੇ, ਮਤਲਬ ਕੁਝ ਐਗਜ਼ਾਮ ਨਾਲ ਰਿਲੇਟਡ, ਕੁਝ ਜਰਨਲ ਜਿਹੜੀ ਆਪਾਂ ਨੂੰ ਗੱਲਾਂ ਲੋੜ ਹੁੰਦੀ ਜਿਹੜੀ ਆਪਾਂ ਸਮਝਣਾ ਚਾਹੀਦਾ ਉਹ ਗੱਲਾਂ ਬਾਰੇ ਆਪਾਂ ਗੱਲ ਕਰਾਂਗੇ। ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਕਿਉਂਕਿ ਇਹਦੇ 'ਚ ਇੱਕ ਛੋਟੀ ਜਿਹੀ ਟਿਪ ਵੀ ਤੁਹਾਨੂੰ ਦੇਵਾਂਗਾ ਵੀ ਟਾਇਰ ਘਸੇ ਹੋਣ ਇਹਦਾ ਕਿਵੇਂ ਪਤਾ ਲੱਗਦਾ, ਇਹਦੇ ਬਾਰੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਟਿਪ ਦੇਵਾਂਗਾ। ਤੇ ਸ਼ੁਰੂ ਕਰਦੇ ਹਾਂ, ਆਪਣਾ ਪਹਿਲੀ ਗੱਲ ਹੋਏਗੀ ਇਹਦੇ ਵਿੱਚ ਜਿਹੜੀ ਮੈਂ ਤੁਹਾਨੂੰ ਛੋਟ ਡਿਟੇਲ ਦੇ ਦੇਣਾ ਵੀ ਇਹਦੇ 'ਚ ਕੀ ਕੁਛ ਗੱਲ ਕਰਾਂਗੇ। ਇਹਦੇ 'ਚ ਗੱਲ ਕਰਾਂਗੇ ਆਪਾਂ ਸਪੇਸੋਰੇ ਦੀ ਵੀ, ਸਪੇਸੋਰੇ ਕਿੰਨਾ ਹੋਣਾ ਚਾਹੀਦਾ ਆਪਣੇ ਟਾਇਰਾਂ ਦਾ, 32 ਤਰ੍ਹਾਂ ਦਾ ਕਿਹਨੂੰ ਕਹਿੰਦੇ ਆ, ਆਪਣਾ ਪ੍ਰੈਸ਼ਰ ਕਿੰਨਾ ਹੋਣਾ ਚਾਹੀਦਾ, ਹਵਾ ਦਾ ਪ੍ਰੈਸ਼ਰ ਕਿੰਨਾ ਹੋਣਾ ਚਾਹੀਦਾ ਟਾਇਰਾਂ ਦੇ ਵਿੱਚ, ਇੱਕ ਵਧੀਆ ਟਾਇਰ ਦੀ ਪਹਿਚਾਣ ਕੀ ਆ, ਤੇ ਟਾਇਰਾਂ ਦੇ ਉੱਤੇ ਜਿਹੜਾ ਨੰਬਰ ਲਿਖਿਆ ਹੁੰਦਾ ਇਹਦਾ ਕੀ ਮਤਲਬ ਹੁੰਦਾ, ਇਹਨਾਂ ਸਾਰੀ ਗੱਲਾਂ ਬਾਰੇ ਆਪਾਂ ਹੁਣ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਾਂਗੇ। ਸੋ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਣੇ ਰੁਵੋਤਾ ਦੀ ਸਕੋਰਤਾ ਦੀ। ਰੁਵੋਤਾ ਦੀ ਸਕੋਰਤਾ ਹੁੰਦਾ ਕੀ ਹੈ? ਰੁਵੋਤਾ ਟਾਇਰ, ਸਕੋਰਤਾ ਮਤਲਬ ਕਿ ਸਪੇਅਰ, ਕੋਈ ਐਕਸਟਰਾ ਟਾਇਰ ਪਿਆ ਹੋਣਾ, ਆਪਾਂ ਇਹਨੂੰ ਦੇਸੀ ਲੈਂਗੁਏਜ ਕੀ ਕਹਿੰਦੇ ਆ, ਸਟੈਪਨੀ, ਇੱਕ ਸਟੈਪਨੀ ਪਈ ਆ ਗੱਡੀ ਦੇ ਅੰਦਰ। ਸੋ ਜਦੋਂ ਟਾਇਰ ਪੰਚਰ ਹੋ ਗਿਆ, ਓਬਵੀਅਸਲੀ ਗੱਲ ਆ, ਜਦੋਂ ਟਾਇਰ ਪੰਚਰ ਹੋ ਗਿਆ ਆਪਾਂ ਆਪਣਾ ਟਾਇਰ ਬਦਲਣਾ, ਸਟੈਪਨੀ ਨੂੰ ਕੱਢ ਕੇ, ਰੁਵੋਤਾ ਦੀ ਸਕੋਰਤਾ ਨੂੰ ਕੱਢ ਕੇ ਟਾਇਰ ਨੂੰ ਅਪਲਾਈ ਕਰਨਾ ਆਪਣੀ ਗੱਡੀ ਉੱਤੇ ਤੇ ਆਪਣੀ ਗੱਡੀ ਚੱਲ ਪਏਗੀ। ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਦੋਂ ਆਪਾਂ ਇਦਾਂ ਦਾ ਟਾਇਰ ਵਰਤਦੇ ਆ, ਰੁਵੋਤਾ ਦੀ ਸਕੋਰਤਾ ਨੂੰ ਵਰਤਦੇ ਆ, ਉਦੋਂ ਆਪਣੇ ਤੇ ਇੱਕ ਲਿਮਿਟ ਸੈੱਟ ਹੋ ਜਾਂਦੀ ਹੈ, ਜਿਵੇਂ ਕਿ ਉੱਥੇ ਤੁਹਾਨੂੰ ਸਕਰੀਨ ਤੇ ਲਿਖਿਆ ਆਉਂਦਾ 80 ਕਿਲੋਮੀਟਰ। 80 ਕਿਲੋਮੀਟਰ ਤੋਂ ਵੱਧ ਦੀ ਸਪੀਡ ਤੇ ਆਪਾਂ ਗੱਡੀ ਨੂੰ ਨਹੀਂ ਚਲਾ ਸਕਦੇ ਜਦੋਂ ਆਪਾਂ ਰੁਵੋਤਾ ਦੀ ਸਕੋਰਤਾ ਆਪਣਾ ਟਾਇਰ ਅਪਲਾਈ ਕੀਤਾ ਹੋਵੇ ਆਪਣੀ ਗੱਡੀ ਤੇ। ਇਹ ਗੱਲ ਧਿਆਨ ਰੱਖਿਓ, ਤੁਹਾਡੇ ਕੋਲ ਐਗਜ਼ਾਮਿਨਰ ਇਸ ਸਵਾਲ ਨੂੰ ਪੁੱਛ ਵੀ ਸਕਦਾ। ਵਧਦੇ ਆਂਗੇ, ਹੁਣ ਗੱਲ ਕਰਦੇ ਆਂ ਮਾਰਕਾਤੂਰਾ ਦੀ, ਮਤਲਬ ਕਿ ਜੋ ਕੁਝ ਵੀ ਆਪਣੀ ਗੱਡੀ ਦੇ ਟਾਇਰ ਜਿਹੜੇ ਪਾਏ ਹੁੰਦੇ ਨੇ ਆਪਾਂ ਉਹਨਾਂ ਦੇ ਉੱਤੇ ਜੋ ਕੁਝ ਵੀ ਲਿਖਿਆ ਹੁੰਦਾ ਉਹਦੇ ਬਾਰੇ ਗੱਲ ਕਰਾਂਗੇ। ਇਨ ਸ਼ੋਰਟ ਇਹਨਾਂ ਨੂੰ ਕਹਾਂਗੇ ਆਪਾਂ ਮਿਜ਼ੂਰੇ, ਵੀ ਮਿਜ਼ੂਰੇ ਜਿਹੜੇ ਜਿਹੜੇ ਹੁੰਦੇ ਨੇ ਟਾਇਰਾਂ ਦੇ ਉਹਦੇ ਬਾਰੇ ਗੱਲ ਕਰਾਂਗੇ। ਸੋ ਜੀ ਇਸ ਟਾਈਮ ਟਾਇਰ ਦੇ ਉੱਤੇ ਜਿਹੜਾ ਮਿਜ਼ੂਰਾ ਲਿਖਿਆ ਹੋਇਆ ਇਹ ਇਸ ਮਿਜ਼ੂਰੇ ਦੇ ਟਾਇਰ ਇਸ ਗੱਡੀ ਉੱਤੇ ਚੜੇ ਹੋਏ ਨੇ। ਐਸਾ ਜ਼ਰੂਰੀ ਨਹੀਂ ਹੈਗਾ ਵੀ ਇਹ ਟਾਇਰ ਜਿਹੜੇ ਇਸ ਗੱਡੀ ਦੇ ਚੜੇ ਨੇ ਸੇਮ ਨੰਬਰ ਦੇ ਟਾਇਰ ਕਿਸੇ ਹੋਰ ਗੱਡੀ ਤੇ ਚੜੇ ਹੋਣ। ਚੜੇ ਵੀ ਹੋ ਸਕਦੇ ਨੇ, ਮੈਂ ਨਹੀਂ ਕਹਿੰਦਾ ਵੀ ਨਹੀਂ ਹੋ ਸਕਦੇ, ਹੋ ਵੀ ਸਕਦੇ ਨੇ ਤੇ ਨਹੀਂ ਵੀ ਹੋ ਸਕਦੇ, ਨੰਬਰ ਥੋੜੇ ਬਹੁਤੇ ਉੱਚੇ ਨੀਚੇ ਹੋ ਸਕਦੇ ਨੇ। ਇਹ ਗੱਲ ਦਾ ਧਿਆਨ ਰੱਖਿਓ, ਐ ਨਾ ਸੋਚਿਓ ਕਿ ਸਾਰਿਆਂ ਦੇ ਸੇਮ ਨੰਬਰ ਹੀ ਹੋਣਗੇ, ਕੰਮ ਇਹਨਾਂ ਦਾ ਸੇਮ ਹੀ ਆ, ਮਤਲਬ ਲੰਬਾਈ ਚੌੜਾਈ ਜਿਹੜਾ ਇੰਡੀਕੇਟ ਕਰਦੇ ਪਏ ਨੇ ਉਹ ਸਾਰਾ ਸੇਮ ਹੀ ਹੋਏਗਾ, ਬਸ ਨੰਬਰ ਉੱਤੇ ਨੀਚੇ ਹੋ ਸਕਦੇ ਨੇ, ਇਸ ਗੱਲ ਦਾ ਧਿਆਨ ਰੱਖਿਓ। ਉਸ ਤੋਂ ਬਾਅਦ ਗੱਲ ਕਰਦੇ ਹਾਂ ਵੀ ਇਹ ਜਿਹੜਾ ਨੰਬਰ ਜਿਹੜਾ ਹੈ ਇਹ ਆਪਾਂ ਨੂੰ ਕਿੱਥੇ ਵਿਖੇਗਾ, ਇਹ ਆਪਾਂ ਨੂੰ ਵਿਖੇਗਾ ਕਾਰਤਾ ਦੀ ਚਿਰਕੁਲਾਸੀ ਹੋਣੇ ਉੱਤੇ, ਮਤਲਬ ਜਿਹੜੀ ਆਪਣੀ ਲਿਬਰੇਤੋ ਹੈ ਗੱਡੀ ਦੀ ਉਹਦੇ ਉੱਤੇ ਇਹ ਨੰਬਰ ਖਾਸ ਤੌਰ ਤੇ ਇੰਡੀਕੇਟ ਕੀਤਾ ਹੁੰਦਾ ਵੀ ਸਿਰਫ ਐਸੀ ਮਿਜ਼ੂਰੇ ਦੇ ਟਾਇਰ ਇਸ ਗੱਡੀ ਉੱਤੇ ਚੜ ਸਕਦੇ ਨੇ। ਤੁਸੀਂ ਕਿਸੇ ਵੀ ਗੱਡੀ ਉੱਤੇ ਕਿਸੇ ਹੋਰ ਮਿਜ਼ੂਰੇ ਦਾ ਟਾਇਰ ਨਹੀਂ ਚਾੜ ਸਕਦੇ ਜਿਹੜਾ ਲਿਬਰੇਤੋ ਉੱਤੇ ਨਹੀਂ ਲਿਖਿਆ, ਇਹਦਾ ਮੂਲਤਾ ਹੈ, ਧਿਆਨ ਰੱਖਿਓ। ਇਹਦੇ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਕਾਰਤਾ ਦੀ ਚਿਰਕੁਲਾਸੀ ਹੋਣੇ ਬਾਰੇ ਵੀ ਤੁਹਾਡੇ ਕੋਲ ਸਵਾਲ ਪੁੱਛਿਆ ਜਾ ਸਕਦਾ, ਸੋ ਉਹਦੀ ਤਿਆਰੀ ਵੀ ਜ਼ਰੂਰ ਕਰਕੇ ਜਾਇਓ। ਕਾਰਤਾ ਦੀ ਚਿਰਕੁਲਾਸੀ ਹੋਣੇ ਬਾਰੇ ਜੇਕਰ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਉੱਤੇ ਆਈ ਬਟਨ ਤੇ ਦੇਖੋ, ਰਾਈਟ ਸਾਈਡ ਤੇ ਹੁਣ ਆਈ ਬਟਨ ਆ ਰਿਹਾ ਹੋਏਗਾ, ਉਹਦੇ ਤੇ ਕਲਿੱਕ ਕਰੋ, ਤੁਸੀਂ ਡਾਇਰੈਕਟ ਉਸ ਵੀਡੀਓ ਤੇ ਪਹੁੰਚ ਜਾਓਗੇ। ਮੈਂ ਨੀਚੇ ਡਿਸਕ੍ਰਿਪਸ਼ਨ 'ਚ ਵੀ ਇਹਦਾ ਲਿੰਕ ਦੇ ਦੇਵਾਂਗਾ। ਸੋ ਜੀ ਹੁਣ ਤੁਹਾਨੂੰ ਸਕਰੀਨ ਦੇ ਉੱਤੇ ਕੁਝ ਨੰਬਰ ਸ਼ੋ ਹੁੰਦੇ ਹੋਣਗੇ ਜਿਹੜੇ ਕਿ ਨੇ 195/45R16-84H, ਠੀਕ ਹੈ ਜੀ। ਇਹ ਨੰਬਰ ਜਿਹੜਾ ਤੁਹਾਨੂੰ ਇੱਥੇ ਸਕਰੀਨ ਤੇ ਸ਼ੋ ਹੋਣ ਡਿਆ ਇਹਦਾ ਕੀ ਮਤਲਬ ਹੈ? 195 ਦਾ ਮਤਲਬ ਹੈ ਵੀ ਤੁਹਾਡੇ ਟਾਇਰ ਦੀ ਚੌੜਾਈ, ਚੌੜਾਈ ਕਿੰਨੀ ਤੁਹਾਡੇ ਟਾਇਰ ਦੀ, ਜਿਵੇਂ ਕਿ ਹੁਣ ਤੁਸੀਂ ਸਕਰੀਨ ਦੇ ਉੱਤੇ ਦੇਖਦੇ ਪਿਓ ਇਦਾਂ ਨਾਪੀ ਜਾਂਦੀ ਚੌੜਾਈ ਟਾਇਰ ਦੀ। ਸੋ ਜੀ 195 ਨੂੰ ਕਹਿੰਦੇ ਨੇ ਲਾਰਕੇਤਸਾ ਪਨਿਊਮਾਟਿਕੋ, ਤੇ ਜਿਹੜਾ 45 ਹੈ ਉਹ ਹੁੰਦਾ ਅਲਤੇਤਸਾ ਸਪਾਲਾ, ਮਤਲਬ ਕਿ 195 ਦੀ ਪਰਸੈਂਟੇਜ ਹੋਏਗੀ 45% 195 ਚੋਂ ਜਿਹੜੀ ਇਸ ਟਾਇਰ ਦੀ ਉਚਾਈ ਹੈ। ਸੋ ਜੀ ਅੱਗੇ ਲਿਖਿਆ ਐਰਰੇ ਸੇਦੀਚੀ, ਐਰਰੇ ਹੁੰਦਾ ਰਦਿਆਲੇ, ਰਦਿਆਲੇ ਇੱਕ ਤਰ੍ਹਾਂ ਦਾ ਟਾਈਪ ਹੁੰਦਾ ਆਪਣੇ ਟਾਇਰ ਦਾ, ਇੱਥੇ ਐਰਰੇ ਦੀ ਜਗ੍ਹਾ ਕੁਝ ਹੋਰ ਵੀ ਲਿਖਿਆ ਹੋ ਸਕਦਾ ਪਰ ਜ਼ਿਆਦਾਤਰ ਐਰਰੇ ਹੀ ਆਪਾਂ ਨੂੰ ਮਿਲਦਾ ਦੇਖਣ ਨੂੰ। ਅੱਗੇ ਲਿਖਿਆ ਸੇਦੀਚੀ, ਸੇਦੀਚੇ ਹੁੰਦਾ ਆਪਣਾ ਪੋਲੀਚੇ, ਮਤਲਬ ਕਿ ਕਿੰਨੇ ਇੰਚ ਦਾ ਆਪਣਾ ਟਾਇਰ ਦਾ ਡਾਇਮੀਟਰ ਵਾ, ਇੰਚ ਦੀ ਗੱਲ ਹੋਣੀ ਇੱਥੇ ਧਿਆਨ ਰੱਖਿਓ, ਪੋਲੀਚੇ ਹੁੰਦਾ ਇੰਚ, 16 ਇੰਚ ਦਾ ਆਪਣਾ ਪ੍ਰੋਪਰ ਟਾਇਰ। ਇਹਦੀ ਮੈਂ ਇੱਕ ਫੋਟੋ ਆਪਣੇ ਫੇਸਬੁੱਕ ਪੇਜ ਉੱਤੇ ਪੋਸਟ ਜ਼ਰੂਰ ਕਰਾਂਗਾ, ਸੋ ਸਾਨੂੰ ਫੇਸਬੁੱਕ ਪੇਜ ਉੱਤੇ ਜ਼ਰੂਰ ਫੋਲੋ ਕਰ ਲਿਓ, ਉੱਥੇ ਹੀ ਮੈਂ ਪੋਸਟ ਕਰਾਂਗਾ, ਉੱਥੇ ਜਾ ਕੇ ਤੁਸੀਂ ਆਰਾਮ ਨਾਲ ਤੁਸੀਂ ਇਸ ਫੋਟੋ ਨੂੰ ਦੇਖ ਸਕਦੇ ਹੋ ਵੀ ਕਿੱਦਾਂ ਕਿਸ ਚੀਜ਼ ਨੂੰ ਕੀ ਕਹਿੰਦੇ ਆ। ਸੋ ਜੀ ਹੁਣ ਗੱਲ ਕਰਦੇ ਹਾਂ 32 ਤਰ੍ਹਾਂ ਦਾ ਦੀ, ਸਪੇਸੋਰੇ ਮਿਨੀਮਮ 32 ਤਰ੍ਹਾਂ
ਇੰਨੀ ਜ਼ਰੂਰੀ ਆ ਕਿ ਇਹਦੇ ਨਾਲ ਤੁਹਾਡੀ ਪੂਰੀ ਲਾਈਫ ਬਣ ਸਕਦੀ ਹੈ। ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਇਹ ਤੁਹਾਡੀ ਟਿਪ ਆ। ਮਜ਼ਾਕ ਕਰਦਾ ਜੀ, ਇਹ ਟਿਪ ਨਹੀਂ ਹੈਗੀ, ਟਿਪ ਇਹ ਆ ਕਿ ਜਿਹੜਾ ਤੁਸੀਂ ਹੁਣ ਟਾਇਰ ਦੇ ਵਿੱਚ ਇਹ ਜਿਹੜੀ ਨਿੱਕੀ ਜਿਹੀ ਗੁਟਕੀ ਦੇਖਦੇ ਪਏ ਹੋ, ਇਹ ਗੁਟਕੀ ਹੁੰਦੀ ਹੈ 1.6 ਮਿਲੀਮੀਟਰ ਦਾ ਲੈਵਲ। ਜੇ ਟਾਇਰ ਕੱਸ ਕੇ ਇੱਥੇ ਤੱਕ ਪਹੁੰਚ ਜਾਏ, ਮਤਲਬ ਕਿ ਤੁਹਾਡਾ ਟਾਇਰ ਕੱਸ ਚੁੱਕਿਆ ਤੇ ਤੁਹਾਨੂੰ ਟਾਇਰ ਬਦਲਣਾ ਚਾਹੀਦਾ। ਇਹ ਗੁਟਕੀ ਹੁੰਦੀ ਜਿਹੜਾ ਤੁਹਾਡਾ ਇੱਕ ਸਪੇਸ ਸੋਰੇ ਹੁੰਦਾ ਮਿਨੀਮਮ, ਵੀ ਇਸ ਲੈਵਲ ਤੋਂ ਥੱਲੇ ਤੁਹਾਡਾ ਟਾਇਰ ਨਹੀਂ ਜਾਣਾ ਚਾਹੀਦਾ। ਇਹ ਤੁਹਾਡੀ ਟਿਪ ਆ। ਤੇ ਇਸ ਤੋਂ ਪਹਿਲਾਂ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਕਿ ਚੈਨਲ ਸਬਸਕ੍ਰਾਈਬ ਕਰ ਦਿਓ, ਵੀ ਜ਼ਰੂਰ ਕਰ ਦਿਓ, ਕਿਉਂਕਿ ਚੈਨਲ ਸਬਸਕ੍ਰਾਈਬ ਕੀਤੇ ਬਿਨਾਂ ਸਾਨੂੰ ਹੌਸਲਾ ਨਹੀਂ ਮਿਲਦਾ ਹੈਗਾ। ਸੋ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ। ਤੇ ਹੁਣ ਜਿਹੜਾ ਤੁਸੀਂ ਸਕਰੀਨ ਦੇ ਉੱਤੇ ਦੇਖਦੇ ਪਏ ਹੋ, ਇਹ ਜਿਹੜੀ ਲਾਈਨਾਂ ਦੇ ਵਿੱਚ ਵੱਜੀਆਂ ਹੋਈਆਂ ਨੇ, ਮੈਂ ਇਹਨਾਂ ਨੂੰ ਸਰਕਲ ਕੀਤਾ ਹੋਇਆ ਪੀਲੇ ਰੰਗ ਨਾਲ। ਇਹ ਲਾਈਨਾਂ ਜਿਹੜੀ ਪਈਆਂ ਹੋਈਆਂ ਨੇ, ਇਹਦੇ ਨਾਲ ਪਤਾ ਲੱਗਦਾ ਕਿ ਟਾਇਰ ਜਿਹੜਾ ਹੈ ਉਹ ਇਨਵਰਨਾਲ ਆ, ਮਤਲਬ ਕਿ ਉਹ ਠੰਡਾ ਵਿੱਚ ਵਰਤਿਆ ਜਾਣ ਵਾਲਾ ਟਾਇਰ ਆ, ਜਿਹਨੂੰ ਆਪਾਂ ਬਰਫ਼ ਪੈਂਦੀ ਜਦੋਂ ਉਦੋਂ ਆਪਾਂ ਇਹਨੂੰ ਵਰਤ ਸਕਦੇ ਹਾਂ। ਸੋ ਬਰਫ਼ ਪੈਣ ਵਾਲਾ ਟਾਈਮ ਕਿਹੜਾ ਹੁੰਦਾ, ਜਦੋਂ ਆਪਾਂ ਨੂੰ ਜਿਹੜੇ ਗੋਮੇ ਇਨਵਰਨਾਲੀ ਜਿਹੜੇ ਨੇ ਉਹ ਚੜਵਾਉਣੇ ਹੁੰਦੇ ਆ, ਪਿਨਮਾਥੀ ਜੀ ਇਨਵਰਨਾਲੀ ਜਦੋਂ ਚੜਾਉਣੇ ਹੁੰਦੇ ਆ, ਉਹ ਟਾਈਮ ਕਿਹੜਾ ਹੁੰਦਾ, ਉਹ ਟਾਈਮ ਹੁੰਦਾ 15 ਨਵੰਬਰ ਤੋਂ ਲੈ ਕੇ 15 ਅਪ੍ਰੈਲ ਤੱਕ। ਇਹ ਧਿਆਨ ਰੱਖਿਓ ਇਸ ਗੱਲ ਦਾ। ਸੋ ਜੀ ਹੁਣ ਗੱਲ ਕਰਦੇ ਹਾਂ 84 ਤੇ ਐਚ ਦੀ। 84 ਦਾ ਮਤਲਬ ਕੀ ਹੈ? 84 ਤੇ ਐਚ, ਵੈਸੇ ਤਾਂ ਮੈਂ ਤੁਹਾਨੂੰ ਦੱਸਦਾ ਵੀ ਇਹ ਦੋਨੋਂ ਹੀ ਇੱਕ ਟੇਬਲ ਨੂੰ ਇੱਕ ਸਕੇਦ ਨੂੰ ਇੰਡੀਕੇਟ ਕਰਦੇ ਨੇ। ਇਹ ਤੁਹਾਨੂੰ ਨਹੀਂ ਪਤਾ ਲੱਗ ਸਕਦਾ ਵੀ ਇਹਦਾ ਕੀ ਮਤਲਬ ਹੈ, ਮਤਲਬ ਆਪਾਂ ਨੂੰ ਪਤਾ ਲੱਗ ਸਕਦਾ ਜੇਕਰ ਆਪਾਂ ਇਹਦਾ ਮੈਨੂਅਲ ਪੜ੍ਹੀਏ ਤਾਂ ਆਪਾਂ ਨੂੰ ਪਤਾ ਲੱਗ ਜਾਏਗਾ ਵੀ ਕੀ ਹਿਸਾਬ ਕਿਤਾਬ ਹੈ। ਸੋ ਇਸ ਟੇਬਲ ਤੇ ਆਪਾਂ ਨੂੰ ਲਿਖ ਕੇ ਦੱਸਿਆ ਹੁੰਦਾ, ਜੇਕਰ ਆਪਾਂ ਉਸ ਟੇਬਲ ਤੇ 84 ਨੂੰ ਸਰਚ ਕਰਾਂਗੇ, 84 ਨੂੰ ਲੱਭਾਂਗੇ ਉਸ ਸਕੇਦ ਦੇ ਉੱਤੇ, ਤੇ ਆਪਾਂ ਨੂੰ ਪਤਾ ਲੱਗ ਜਾਏਗਾ ਵੀ ਕਿੰਨਾ ਵੀ ਇਹ ਗੱਡੀ ਕਿੰਨੇ ਕਿਲੋਗ੍ਰਾਮ ਦਾ ਵੇਟ ਚੱਕ ਸਕਦੀ ਹੈ। ਸੋ ਇੱਥੇ ਲਿਖਿਆ 84 ਤੇ ਉਸ ਸਕੇਦ ਦੇ ਉਸ ਟੇਬਲ ਦੇ ਆਧਾਰ ਤੇ ਜੇਕਰ ਆਪਾਂ ਵੇਖੀਏ ਤੇ 84 500 ਕਿਲੋਗ੍ਰਾਮ ਦਾ ਵੇਟ ਚੱਕ ਸਕਦਾ, ਠੀਕ ਹੈ ਜੀ। ਤੇ ਨਾਲ ਲਿਖਿਆ ਐਚ, ਐਚ ਇੱਕ ਸਪੀਡ ਨੂੰ ਇੰਡੀਕੇਟ ਕਰਦਾ ਵੀ ਜੇਕਰ 84 ਟੇਬਲ ਦਾ ਜਿਹੜਾ 500 ਕਿਲੋਗ੍ਰਾਮ ਜਿਹੜਾ ਵੇਟ ਹੈ ਉਹਨੂੰ ਚੱਕ ਕੇ ਕਿੰਨੀ ਸਪੀਡ ਤੇ ਜਾ ਸਕਦਾ। ਸੋ ਐਚ ਦੇ ਨਾਲ ਆਪਾਂ 210 ਕਿਲੋਮੀਟਰ ਦੀ ਸਪੀਡ ਆਪਾਂ ਹਾਸਿਲ ਕਰ ਸਕਦੇ ਹਾਂ, ਪਰ ਧਿਆਨ ਰੱਖਿਓ ਆਪਾਂ 210 ਦੀ ਸਪੀਡ ਤੇ ਜਾ ਨਹੀਂ ਸਕਦੇ ਕਦੀ ਵੀ। ਸੜਕ ਦੇ ਕਾਨੂੰਨਾਂ ਦੇ ਹਿਸਾਬ ਨਾਲ ਆਪਾਂ 210 ਦੀ ਸਪੀਡ ਕਦੀ ਵੀ ਹਾਸਿਲ ਨਹੀਂ ਕਰ ਸਕਦੇ। ਇਹ ਸਿਰਫ ਇੱਕ ਲੈਵਲ ਬਣਾਏ ਹੁੰਦੇ ਨੇ ਵੀ ਹਾਂਜੀ ਇੰਨੀ ਕਿਲੋਗ੍ਰਾਮ 'ਚ ਇੰਨੀ ਸਪੀਡ ਜਾ ਸਕਦਾ, ਸਿਰਫ ਇੱਕ ਲੈਵਲ ਸੈੱਟ ਕੀਤੇ ਹੁੰਦੇ ਨੇ ਟਾਇਰਾਂ ਦੇ, ਉਸ ਆਧਾਰ ਤੇ ਇਹਨਾਂ ਨੂੰ ਦੱਸਿਆ ਗਿਆ ਹੁੰਦਾ, ਪਰ ਇਹਦਾ ਮਤਲਬ ਹੈ ਬਿਲਕੁਲ ਨਹੀਂ ਹੈਗਾ ਵੀ ਤੁਸੀਂ ਇੰਨੀ ਸਪੀਡ ਚਲਾ ਸਕਦੇ ਹੋ। ਤੇ ਜੇਕਰ ਤੁਸੀਂ ਕਮੈਂਟਾਂ ਵਿੱਚ ਮੈਨੂੰ ਦੱਸੋਗੇ ਕਿ ਤੁਹਾਨੂੰ ਇਹ ਟੇਬਲ ਦੀ ਲੋੜ ਆ ਤੇ ਮੈਂ ਤੁਹਾਨੂੰ ਟੇਬਲ ਵੀ ਸੈਂਡ ਕਰ ਦਾਂਗਾ, ਫਿਲਹਾਲ ਇਹਦੀ ਇਗਜ਼ਾਮੇ ਵਿੱਚ ਕੋਈ ਜ਼ਰੂਰਤ ਨਹੀਂ ਹੈਗੀ, ਬਸ ਇੱਕ ਤੁਹਾਨੂੰ ਦੱਸਣ ਲਈ ਆ ਵੀ ਇਹ ਕੀ ਕੰਮ ਕਰਦਾ। ਸੋ 84 ਨੂੰ ਕਹਿੰਦੇ ਨੇ ਇੰਦੀਚੇ ਦੀ ਕਾਰਿਕੋ ਤੇ ਐਚ ਨੂੰ ਕਹਿੰਦੇ ਨੇ ਕੋਦੀਚੇ ਦੀ ਵਿਲੋਚਿਤਾ। ਧਿਆਨ ਰੱਖਿਓ ਦੋਨੋਂ ਅਲੱਗ ਹੋ ਸਕਦੇ ਨੇ, ਸੇਮ ਵੀ ਹੋ ਸਕਦੇ ਨੇ ਤੇ ਅਲੱਗ ਵੀ ਹੋ ਸਕਦੇ ਨੇ, ਧਿਆਨ ਰੱਖਿਓ ਇਸ ਗੱਲ ਦਾ। ਸੋ ਜੀ ਹੁਣ ਗੱਲ ਕਰਦੇ ਆ MAPUSA ਦੀ। ਜਿੱਦਾਂ ਕਿ ਤੁਸੀਂ ਹੁਣ ਫੋਟੋ 'ਚ ਦੇਖਦੇ ਪਏ ਹੋ, ਵੀਡੀਓ 'ਚ ਦੇਖਦੇ ਪਏ ਹੋ, ਇੱਥੇ ਲਿਖਿਆ ਹੋਇਆ MAPUSA, ਮਤਲਬ ਕਿ ਫਾਂਗੋ ਪਿਊ ਸਨੋ, ਮਤਲਬ ਕਿ ਬਰਫ਼, ਮਤਲਬ ਬਰਫ਼ ਵਾਲੇ ਟਾਇਰ ਨੇ ਇੰਡੀਕੇਟ ਕਰਦਾ ਕਿ ਇਹ ਬਰਫ਼ ਵਾਲੇ ਟਾਇਰ ਨੇ। ਸੋ ਜੀ ਹੁਣ ਗੱਲ ਕਰਦੇ ਹਾਂ ਟਾਇਰ ਦੀ ਕੰਡੀਸ਼ਨ ਦੀ, ਕਿਸ ਤਰ੍ਹਾਂ ਤੋਂ ਹੋਣਾ ਚਾਹੀਦਾ ਟਾਇਰਾਂ ਦਾ। ਸੋ ਟਾਇਰਾਂ ਦੇ ਕਦੀ ਵੀ ਫਿਆਂਕੋ 'ਚ ਉਹਨਾਂ ਦੇ, ਮਤਲਬ ਕਿ ਟਾਇਰਾਂ ਦੀ ਸਾਈਡ ਵਿੱਚ ਲੇਸੀਓਨੀ ਨਹੀਂ ਹੋਣੀ ਚਾਹੀਦੀ ਉਹਨਾਂ ਦੇ, ਮਤਲਬ ਇੱਕ ਚੋਟ ਨਹੀਂ ਲੱਗੀ ਹੋਣੀ ਚਾਹੀਦੀ, ਸੱਟ ਨਹੀਂ ਲੱਗੀ ਹੋਣੀ ਚਾਹੀਦੀ, ਕੱਟ ਵਗੈਰਾ ਬਿਲਕੁਲ ਵੀ ਹੋਣਾ ਨਹੀਂ ਚਾਹੀਦਾ ਕਿਸੇ ਵੀ ਟਾਇਰ ਦੇ ਸਾਈਡ ਵਿੱਚ। ਕਈ ਵਾਰ ਕੀ ਹੁੰਦਾ ਆਪਾਂ ਗੱਡੀ ਲੈ ਕੇ ਜਾਂਦੇ ਪਏ ਤੇ ਮਾਰਚਾ ਪੀਏ ਦੇ ਉੱਤੇ ਲੱਗ ਜਾਂਦੀ ਗੱਡੀ, ਜਿਵੇਂ ਕਿ ਤੁਸੀਂ ਇੱਥੇ ਗੱਡੀ ਦੇ ਰਿਮ ਵੀ ਵੇਖਦੇ ਪਏ ਹੋ, ਰਿਮ ਇਸ ਟਾਈਮ ਮਾਰਚਾ ਪੀਏ ਦੇ ਉੱਤੇ ਲੱਗੇ ਹੋਏ ਨੇ ਤਾਂ ਇਹਨਾਂ ਦੇ ਅਸੀਂ ਨਿਸ਼ਾਨ ਪਏ ਹੋਏ ਨੇ। ਤੇ ਕਦੀ ਵੀ ਕਿਸੇ ਵੀ ਟਾਇਰ ਉੱਤੇ ਇਦਾਂ ਦੀ ਚੋਟ ਨਹੀਂ ਲੱਗੀ ਹੋਣੀ ਚਾਹੀਦੀ ਜਿਹਦੇ ਨਾਲ ਬਹੁਤ ਡੂੰਘੀ ਸੱਟ ਪੈ ਜਾਏ ਟਾਇਰ ਤੇ, ਮਤਲਬ ਕਿ ਬਹੁਤ ਡੂੰਘਾ ਉਹਦੇ ਤੇ ਕੱਟ ਪੈ ਜਾਏ। ਉਹ ਕੱਟ ਦੇ ਕਰਕੇ ਤੁਹਾਡਾ ਉਸ ਗੱਡੀ ਨੂੰ ਚਲਾਉਣਾ ਥੋੜਾ ਰਿਸਕੀ ਹੋ ਜਾਂਦਾ, ਕੁਝ ਪਤਾ ਨਹੀਂ ਹੁੰਦਾ ਟਾਇਰ ਨੇ ਕਦੋਂ ਜਵਾਬ ਦੇ ਦੇਣਾ। ਉਸ ਤੋਂ ਬਾਅਦ ਤੁਹਾਡਾ ਟਾਇਰ ਕਸਿਆ ਹੋਇਆ ਬਿਲਕੁਲ ਨਹੀਂ ਹੋਣਾ ਚਾਹੀਦਾ, ਜਿਵੇਂ ਕਿ ਤੁਹਾਨੂੰ ਦੱਸਿਆ 32 ਤਰ੍ਹਾਂ ਦਾ ਜਿਹੜਾ ਹੁੰਦਾ ਉਹ 1.6 ਮਿਲੀਮੀਟਰ ਤੱਕ ਘੱਟੋ ਘੱਟ ਹੋਣਾ ਚਾਹੀਦਾ, ਇਸ ਤੋਂ ਘੱਟ ਨਹੀਂ ਹੋਣਾ ਚਾਹੀਦਾ, ਠੀਕ ਹੈ ਜੀ। ਇਸ ਹਿਸਾਬ ਨਾਲ ਆਪਣਾ ਕੀ ਬਣਿਆ ਵੀ ਟਾਇਰ ਜ਼ਿਆਦਾ ਕਸਿਆ ਨਾ ਹੋਵੇ, ਟਾਇਰ ਥੋੜ੍ਹਾ ਠੀਕ ਕੰਡੀਸ਼ਨ 'ਚ ਹੋਵੇ। ਤੇ ਬਾਈ ਚਾਂਸ ਜੇਕਰ ਇੱਕ ਟਾਇਰ ਜ਼ਿਆਦਾ ਕੱਸ ਗਿਆ ਆਪਣਾ, ਆਪਾਂ ਕਦੀ ਵੀ ਇੱਕ ਸਿੰਗਲ ਟਾਇਰ ਨੂੰ ਨਹੀਂ ਬਦਲ ਸਕਦੇ, ਆਪਾਂ ਨੂੰ ਜਾਂ ਤਾਂ ਚਾਰੋਂ ਦੇ ਚਾਰੋਂ ਟਾਇਰ ਬਦਲਣੇ ਪੈਣੇ ਆ ਜਾਂ ਸੇਮ ਐਕਸਲ ਦੇ ਦੋ ਟਾਇਰ ਆਪਾਂ ਨੂੰ ਬਦਲਣੇ ਪੈਣੇ ਆ। ਇਹ ਗੱਲ ਧਿਆਨ ਰੱਖਿਓ, ਤੁਹਾਡੇ ਕੋਲ ਐਗਜ਼ਾਮਿਨਰ ਪੁੱਛ ਸਕਦਾ। ਇਸ ਵੀਡੀਓ ਵਿੱਚ ਜਿੰਨੀਆਂ ਵੀ ਤੁਹਾਨੂੰ ਗੱਲਾਂ ਦੱਸੀਆਂ ਜਾਣੀਆਂ ਨੇ ਸਾਰੀ ਐਗਜ਼ਾਮ ਪਰਪਸ ਦੇ ਉੱਤੇ ਹੀ ਆਧਾਰਿਤ ਨੇ। ਧਿਆਨ ਰੱਖਿਓ ਜਿਹੜੀ ਵੀ ਗੱਲਾਂ ਮੈਂ ਦੱਸਣਾ ਪਿਆ ਇਹ ਸਾਰੀ ਐਗਜ਼ਾਮ ਦੇ ਅੰਦਰ ਤੁਹਾਡੇ ਕੋਲ ਪੁੱਛ ਸਕਦੇ ਆ ਟਾਇਰਾਂ ਨਾਲ ਰਿਲੇਟਡ। ਉਸ ਤੋਂ ਬਾਅਦ ਟਾਇਰ ਜਿਹੜੇ ਨੇ ਉਹ ਹਮੇਸ਼ਾ ਉਹੀ ਹੋਣੇ ਚਾਹੀਦੇ ਨੇ ਜਿਹੜੇ ਕਾਰਤਾ ਦੀ ਸਰਕੂਲੇਸ਼ਨ ਦੇ ਉੱਤੇ ਲਿਖੇ ਹੋਏ ਨੇ, ਇਸ ਤੋਂ ਬਾਹਰਲਾ ਕੋਈ ਵੀ ਮਿਜ਼ੂਰਾ ਨਹੀਂ ਹੋਣਾ ਚਾਹੀਦਾ, ਹਮੇਸ਼ਾ ਉਹੀ ਜਿਹੜਾ ਕਾਰਤਾ ਸਰਕੂਲੇਸ਼ਨ ਦੇ ਉੱਤੇ ਲਿਖਿਆ, ਜਿਵੇਂ ਮੈਂ ਪਹਿਲਾਂ ਤੁਹਾਨੂੰ ਦਿਖਾ ਕੇ ਹਟਿਆਵਾਂ। ਤੇ ਇਹਦੇ ਨਾਲ ਨਾਲ ਯਾਦ ਰੱਖਿਓ ਟਾਇਰ ਦੇ ਕਦੇ ਵੀ ਕੋਈ ਵੀ ਫੋੜਾ ਜਾਂ ਫੁੰਸੀ ਨਹੀਂ ਹੋਣਾ ਚਾਹੀਦਾ, ਮਤਲਬ ਕਿ ਟਾਇਰ ਕੀ ਹੁੰਦਾ ਹੈ ਕਈ ਵਾਰ ਸਾਈਡਾਂ ਵਿੱਚੋਂ ਫੁੱਲ ਜਾਂਦੇ ਨੇ, ਤੁਹਾਡੇ ਟਾਇਰ ਨੂੰ ਕਦੇ ਵੀ ਸਾਈਡਾਂ ਵਿੱਚੋਂ ਨਹੀਂ ਫੁੱਲਿਆ ਹੋਣਾ ਚਾਹੀਦਾ, ਜੇਕਰ ਤੁਹਾਡਾ ਟਾਇਰ ਫੁੱਲਿਆ ਹੋਇਆ ਇਹਦਾ ਮਤਲਬ ਟਾਇਰ ਤੁਹਾਨੂੰ ਬਦਲਣਾ ਪੈਣਾ, ਇਹ ਗੱਲ ਵੀ ਧਿਆਨ ਰੱਖਿਓ। ਤੇ ਹੁਣ ਗੱਲ ਕਰਦੇ ਹਾਂ ਵੀ ਟਾਇਰ ਕਿਸ ਤਰੀਕੇ ਨਾਲ ਘਸਦਾ, ਮਤਲਬ ਕਿ ਜੇ ਹਵਾ ਜ਼ਿਆਦਾ ਹੋਵੇ ਤਾਂ ਕੀ ਹੋਏਗਾ, ਹਵਾ ਘੱਟ ਹੋਵੇ ਤਾਂ ਕੀ ਹੋਏਗਾ।
ਟਾਇਰ ਦਾ ਸਹੀ ਪ੍ਰੈਸ਼ਰ ਲਿਖਿਆ ਹੁੰਦਾ ਹੈ ਗੱਡੀ ਦੀ ਮੈਨੂਅਲ ਬੁੱਕ ਵਿੱਚ। ਉਹਦੇ ਵਿੱਚ ਸਾਰਾ ਕੁਝ ਦੱਸਿਆ ਹੁੰਦਾ ਵੀ ਗੱਡੀ ਦੇ ਟਾਇਰਾਂ ਵਿੱਚ ਕਿੰਨੀ ਹਵਾ ਹੋਣੀ ਚਾਹੀਦੀ ਹੈ। ਇਹਦੇ ਨਾਲ ਨਾਲ ਇਹ ਵੀ ਗੱਲ ਧਿਆਨ ਰੱਖਿਓ ਕਿ ਟਾਇਰ ਦਾ ਪ੍ਰੈਸ਼ਰ ਗੱਡੀ ਦੇ ਵਿੱਚ ਜਿਹੜਾ ਲੋਡ ਆਪਾਂ ਲੱਦਨੇ ਪਿਆ ਉਹਦੇ ਤੇ ਵੀ ਡਿਪੈਂਡ ਕਰਦਾ। ਜੇ ਲੋਡ ਜ਼ਿਆਦਾ ਹੈ ਤੇ ਆਪਾਂ ਨੂੰ ਟਾਇਰ ਦੀ ਜਿਹੜੀ ਹਵਾ ਹੈ ਉਹ ਉਸੇ ਹਿਸਾਬ ਨਾਲ ਐਡਜਸਟ ਕਰਨੀ ਪੈਂਦੀ ਹੈ। ਇਹ ਸਾਰਾ ਕੁਝ ਤੁਹਾਨੂੰ ਮੈਨੂਅਲ ਬੁੱਕ ਵਿੱਚ ਮਿਲ ਜਾਏਗਾ, ਗੱਡੀ ਦੀ ਮੈਨੂਅਲ ਬੁੱਕ ਵਿੱਚ ਸਾਰਾ ਤੁਹਾਨੂੰ ਮਿਲ ਜਾਏਗਾ। ਤੇ ਟਾਇਰ ਦਾ ਪ੍ਰੈਸ਼ਰ ਜਦੋਂ ਵੀ ਤੁਸੀਂ ਨਾਪਣਾ ਹੁੰਦਾ ਹੈ ਹਮੇਸ਼ਾ ਜਦੋਂ ਗੱਡੀ ਖੜੀ ਹੋਵੇ, ਐਨੀ ਕਿ ਤੁਸੀਂ ਗੱਡੀ ਹੁਣੇ ਚਲਾ ਕੇ ਹਟਿਓ, ਮਤਲਬ ਕਿਧਰੇ ਗੇੜੀ ਛੇੜੀ ਮਾਰ ਕੇ ਆਇਓ, ਮਾਰਕੀਟ ਵਗੈਰਾ ਹੋ ਕੇ ਆਇਓ, ਤੇ ਉਸ ਤੋਂ ਬਾਅਦ ਤੁਸੀਂ ਦੇ ਟਾਇਰ ਦੇ ਪ੍ਰੈਸ਼ਰ ਹਵਾ ਨਾਪਣ ਲੱਗ ਗਏ ਹੋ, ਉਦੋਂ ਨਹੀਂ ਨਾਪਣਾ ਕਿਉਂਕਿ ਉਦੋਂ ਗੱਡੀ ਦਾ ਟਾਇਰ ਜਿਹੜਾ ਹੁੰਦਾ ਉਹ ਥੋੜਾ ਗਰਮ ਹੁੰਦਾ, ਜਿਸ ਕਰਕੇ ਉਹ ਪ੍ਰੈਸ਼ਰ ਹਮੇਸ਼ਾ ਹੀ ਗਲਤ ਇੰਡੀਕੇਟ ਕਰੇਗਾ। ਟਾਇਰ ਦਾ ਪ੍ਰੈਸ਼ਰ ਸਿਰਫ ਉਦੋਂ ਨਾਪੀਦਾ ਜਦੋਂ ਗੱਡੀ ਕਾਫੀ ਦੇਰ ਖੜੀ ਰਹੀ ਹੋਵੇ। ਤੇ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਵੀਡੀਓ ਦੇ ਵਿੱਚ ਮੈਂ ਹਰ ਇੱਕ ਚੀਜ਼ ਦਾ ਨਾਮ ਇਟਾਲੀਅਨ ਵਿੱਚ ਨੀਚੇ ਇੰਡੀਕੇਟ ਕੀਤਾ ਹੋਇਆ। ਜੇਕਰ ਤੁਸੀਂ ਧਿਆਨ ਨਾਲ ਵੇਖੋਗੇ ਵੀਡੀਓ ਨੂੰ, ਵੀਡੀਓ ਦੇ ਨੀਚੇ ਲਿਖਿਆ ਵੀ ਆਂਦਾ ਪ੍ਰੋਪਰ ਵੀ ਇਸ ਚੀਜ਼ ਨੂੰ ਇਟਾਲੀਅਨ 'ਚ ਕੀ ਕਹਿੰਦੇ ਆ। ਸੋ ਜੀ ਹੁਣ ਮੈਂ ਉਮੀਦ ਕਰਦਾ ਕਿ ਤੁਹਾਨੂੰ ਟਾਇਰਾਂ ਬਾਰੇ ਕੱਲਾ-ਕੱਲਾ ਜਿਹੜਾ ਤੁਹਾਡਾ ਡਾਊਟ ਸੀ ਉਹ ਕਲੀਅਰ ਹੋ ਗਿਆ ਹੋਣਾ। ਪਰ ਫਿਰ ਵੀ ਜੇਕਰ ਤੁਹਾਨੂੰ ਕੋਈ ਗੱਲ ਅਜੇ ਨਹੀਂ ਸਮਝ ਲੱਗੀ, ਨੀਚੇ ਕਮੈਂਟ ਵਿੱਚ ਲਿਖ ਕੇ ਮੇਰੇ ਤੋਂ ਪੁੱਛ ਸਕਦੇ ਹੋ, ਮੈਂ ਉਹਦਾ ਜਵਾਬ ਜ਼ਰੂਰ ਦੇਵਾਂਗਾ। ਤੇ ਗੁਈਦੇ ਨਾਲ ਰਿਲੇਟਡ ਜਿੰਨੀ ਵੀ ਸਾਡੀ ਵੀਡੀਓ ਹੋਣਗੇ, ਜੋ ਵੀ ਸਾਡੇ ਲੈਕਚਰ ਨੇ, ਰਿਟਨ ਵਿੱਚ ਵੀ ਤੁਹਾਨੂੰ ਮਿਲਣਗੇ। ਹੁਣ ਅੱਗੇ ਅਸੀਂ ਇੱਕ ਵੈਬਸਾਈਟ ਲਾਂਚ ਕਰਨ ਲੱਗੇ ਹਾਂ, ਕੁਝ ਟਾਈਮ ਵਿੱਚ ਸਾਡੀ ਵੈਬਸਾਈਟ ਵੀ ਆ ਜਾਏਗੀ ਆਫੀਸ਼ੀਅਲ ਵੈਬਸਾਈਟ। ਉਹਦੇ ਤੇ ਅਸੀਂ ਇਹਦੇ ਕੱਲੇ-ਕੱਲੇ ਰਿਟਨ ਵਿੱਚ ਤੇ ਫੋਟੋਆਂ ਸਮੇਤ ਜੋ ਕੁਝ ਵੀ ਸਾਡੇ ਕੋਲ ਹੋਏਗਾ ਅਸੀਂ ਉਸ ਵੈਬਸਾਈਟ ਉੱਤੇ ਚੜਾਂਗੇ, ਜਿਹਦੇ ਨਾਲ ਤੁਹਾਨੂੰ ਆਸਾਨੀ ਹੋ ਸਕੇ ਇਸ ਪੂਰੇ ਆਪਣਾ ਇਲਜ਼ਾਮੇ ਪ੍ਰਾਤੀਕਾ ਤੇ ਇਲਜ਼ਾਮੇ ਥਿਉਰੀਆਂ ਨੂੰ ਕੰਪਲੀਟ ਕਰਨ ਵਿੱਚ। ਬਹੁਤ ਮਿਹਨਤ ਲੱਗੀ ਇਸ ਵੀਡੀਓ ਨੂੰ ਬਣਾਉਣ 'ਚ, ਬਹੁਤ ਨਹੀਂ ਮੈਂ ਸੱਚੀ ਕਹਾਂਗਾ, ਬਹੁਤ ਜ਼ਿਆਦਾ ਮਿਹਨਤ ਲੱਗੀ ਹੈ। ਪਹਿਲੀ ਗੱਲ ਤਾਂ ਵੀਡੀਓ ਸ਼ੂਟ ਕਰਕੇ ਰੱਖਣੀ ਪੈਂਦੀ ਹੈ, ਉਸ ਤੋਂ ਬਾਅਦ ਜਿਹੜੀ ਐਡੀਟਿੰਗ ਵਿੱਚ ਟਾਈਮ ਲੱਗਦਾ, ਕੱਲੀ-ਕੱਲੀ ਚੀਜ਼ ਨੂੰ ਸਮਝਾਉਣ ਵਿੱਚ, ਸੋ ਥੋੜ੍ਹਾ ਜਿਹਾ ਮੁੱਲ ਪਾਇਓ, ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਤੇ ਜਿਹਨੇ ਚੈਨਲ ਸਬਸਕ੍ਰਾਈਬ ਅਜੇ ਤੱਕ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਦੇ। ਤੇ ਮੈਂ ਇਸ ਵੀਡੀਓ ਨੂੰ ਇੱਕ ਪਲੇਲਿਸਟ ਅੰਦਰ ਪਾਵਾਂਗਾ ਜਿਹਦਾ ਨਾਮ ਹੋਏਗਾ ਗੁਈ ਦੇ, ਜਾਂ ਮੈਂ ਸੋਚਾਂਗਾ ਜੇ ਕੁਝ ਲਿਖਾਂਗਾ ਇਲਜ਼ਾਮੇ ਪ੍ਰਾਤੀਕਾ ਵਗੈਰਾ ਕੁਝ ਵੀ ਲਿਖਦਾਂਗਾ। ਉਸ ਤੋਂ ਬਾਅਦ ਤੁਸੀਂ ਇਸ ਪਲੇਲਿਸਟ ਵਿੱਚੋਂ ਜਿਹਨੇ ਆਪਣਾ ਪਤੇ ਤੇ ਥਿਉਰੀ ਇਲਜ਼ਾਮੇ ਕੰਪਲੀਟ ਕਰ ਲਿਆ, ਉਹ ਬੰਦਾ ਇਸ ਪਲੇਲਿਸਟ ਨੂੰ ਪਲੇ ਕਰਕੇ ਸਾਰੇ ਜਿਹੜੇ ਆਉਂਦੇ ਗੁਈ ਦੇ ਜਿਹੜੇ ਡਾਊਟ ਨੇ ਉਹ ਸਾਰੇ ਆਪਣੇ ਕਲੀਅਰ ਕਰ ਸਕਦਾ। ਮੈਂ ਹੋਰ ਵੀ ਅਜੇ ਵੀਡੀਓ ਬਣਾਵਾਂਗਾ, ਇੱਕ ਦੋ ਵੀਡੀਓ ਸ਼ਾਇਦ ਹੋਰ ਵੀ ਆਏਗੀ ਜਿਹਦੇ 'ਚ ਹੋਰ ਵੀ ਜਿਹੜੇ ਸਵਾਲ ਪੁੱਛੇ ਜਾਂਦੇ ਨੇ, ਉਹਨਾਂ ਬਾਰੇ ਮੈਂ ਇੱਕ ਡਿਟੇਲ ਵੀਡੀਓ ਬਣਾਵਾਂਗਾ। ਸੋ ਚੈਨਲ ਨੂੰ ਪੂਰਾ ਆਪਣਾ ਪਿਆਰ ਦਿਓ, ਪੂਰੀ ਸਪੋਰਟ ਦਿਓ, ਕਿਉਂਕਿ ਪੂਰੀ ਮਿਹਨਤ ਕਰਨੇ ਪਿਆ, ਸਿਰਫ ਤੁਹਾਡੇ ਲਈ ਹੀ ਇੰਨੀ ਮਿਹਨਤ ਕਰਨੇ ਪਿਆ। ਸੋ ਪੂਰਾ ਸਾਥ ਦਿਓ, ਪੂਰੀ ਸਪੋਰਟ ਕਰਿਓ, ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਵੀਡੀਓ ਨੂੰ, ਤਾਂ ਜੋ ਹਰ ਇੱਕ ਭੈਣ ਭਰਾ ਜੋ ਪਤੇ ਤੇ ਤਿਆਰੀ ਕਰਦਾ ਪਿਆ ਉਹਦੇ ਲਈ ਪਤੇ ਤੇ ਲੈਣਾ ਈਜ਼ੀ ਹੋ ਸਕੇ। ਇੱਕ ਹੋਰ ਐਡਵਾਈਸ ਦਾਂਗਾ ਤੁਹਾਨੂੰ ਸਾਰਿਆਂ ਨੂੰ ਕਿ ਜਿਹੜੀ ਵੀ ਗੱਲਾਂ ਹੁੰਦੀਆਂ ਨੇ ਜੋ ਕੁਝ ਵੀ ਆਪਾਂ ਤਿਆਰੀ ਕਰਨੇ ਪਏ ਆਪਣੇ ਗੁਈਦਿਆਂ ਦੀ, ਉਹਦੇ ਵਿੱਚ ਜਿਹੜੇ ਜਿਹੜੇ ਸਵਾਲ ਹੁੰਦੇ, ਜਿਹੜੇ ਤੁਹਾਡੇ ਡਾਊਟ ਹੁੰਦੇ ਨੇ, ਉਹ ਤੁਸੀਂ ਆਪਣੇ ਸਕੂਲ ਆ ਜਿਹੜਾ ਉਹ ਤੋਂ ਸਕੂਲ ਆ ਜਿਹੜਾ ਤੁਹਾਨੂੰ ਗੱਡੀ ਸਿਖਾਉਣ ਡਿਆ ਬੰਦਾ ਉਹਦੇ ਕੋਲੋਂ ਜ਼ਰੂਰ ਪੁੱਛਿਓ, ਕਿਉਂਕਿ ਹਰ ਇੱਕ ਟੀਚਰ ਦਾ ਅਲੱਗ ਅਲੱਗ ਹਿਸਾਬ ਹੁੰਦਾ। ਮੈਨੂੰ ਜਿਹੜੇ ਜਿਹੜੇ ਸਵਾਲ ਲੱਗੇ ਸੀ ਵੀ ਇਹ ਸਵਾਲ ਐਗਜ਼ਾਮ ਅੰਦਰ ਆ ਸਕਦੇ ਨੇ, ਮੈਂ ਤੁਹਾਡੇ ਲਈ ਹੱਲ ਕਰਦਾ ਪਿਆ ਵਾਂ, ਕੰਟੀਨਿਊ ਕਰਦਾ ਰਹਾਂਗਾ। ਪਰ ਫਿਰ ਵੀ ਜਿਹੜਾ ਤੁਹਾਡਾ ਮਾਸਟਰ ਜਿਹੜਾ ਤੁਹਾਨੂੰ ਗੱਡੀ ਚਲਾਉਣਾ ਸਿਖਾ ਰਿਹਾ ਉਹਦੇ ਕੋਲੋਂ ਹਰ ਇੱਕ ਚੀਜ਼ ਦੇ ਬਾਰੇ ਪੁੱਛਿਓ, ਜ਼ਰੂਰ ਪੁੱਛੇ, ਕਿਉਂਕਿ ਉਹਦਾ ਵੀ ਫਰਜ਼ ਹੈ ਕਿ ਉਹ ਤੁਹਾਨੂੰ ਦੱਸੇਗਾ ਤੇ ਤੁਹਾਡਾ ਵੀ ਫਰਜ਼ ਹੈ ਕਿਉਂਕਿ ਤੁਸੀਂ ਪਤੇ ਤੇ ਲੈਣਾ, ਇਸ ਕਰਕੇ ਤੁਹਾਡਾ ਵੀ ਫਰਜ਼ ਹੈ ਕਿ ਤੁਸੀਂ ਉਹਦੇ ਕੋਲ ਪੁੱਛੋ ਤੇ ਉਹ ਤੁਹਾਨੂੰ ਜ਼ਰੂਰ ਦੱਸੇਗਾ। ਸੋ ਚੰਗਾ ਜੀ, ਆਪਾਂ ਮਿਲਾਂਗੇ ਹੁਣ ਕਿਸੇ ਹੋਰ ਵੀਡੀਓ ਵਿੱਚ, ਕਿਸੇ ਚੱਜ ਦੀ ਵੀਡੀਓ ਵਿੱਚ। ਤਦ ਤੱਕ ਲਈ ਰੱਬ ਰਾਖਾ।